ਜੀ ਸਾਡੀਆਂ ਫਸਲਾਂ ਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਜੀ ਸਾਡੀਆਂ ਫਸਲਾਂ ਨੂੰ ਜਿਹੜਾ ਇਹ ਸਾਨੂੰ ਘਾਟਾ ਪਿਆ ਇਹ ਸਾਨੂੰ 2-3 ਸਾਲ ਘਾਟਾ ਉੱਠ ਨਹੀਂ ਉੱਠ ਨਹੀਂ ਸਕਦੇ ਅਸੀਂ ਇਹ ਘਾਟੇ ਤੋਂ ਜੀ ਸਾਡਾ ਮੂੰਗੀ ਦਾ ਮੱਕੀ ਦਾ ਤੇ ਜਿਹੜੀ ਅਸੀਂ ਸਬਜ਼ੀ ਬੀਜੀ ਸੀਗੀ ਉਹਦਾ ਸਾਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਜੀ। ਬਾਕੀ ਜਿਹੜੀਆਂ ਅਸੀਂ ਪਨੀਰੀਆਂ ਲਾਈਆਂ ਸੀਆਂ ਗਾਂ ਬਜਾਈਆ ਝੋਨੇ ਦੀ ਲਵਾਈ ਆਸਤੇ ਸਾਨੂੰ ਉਹਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਕਿੰਨੇ ਕਿੰਨੇ ਰਕਬਾ ਹੈਗਾ ਜੀ ਜਿਹਦਾ ਫਸਲ ਜਿਹੜੀ ਖਰਾਬ ਹੋਈ ਹੈ ਤੁਹਾਡੇ ਕੋਲ ਸਾਡੇ ਪਿੰਡ ਦੇ ਵਿੱਚ ਜੀ ਘੱਟੋ ਘਾਟ 90 ਤੇ 100 ਕਿੱਲੇ ਦੇ ਵਿਚ ਵਿਚ ਸਾਡਾ ਨੁਕਸਾਨ ਹੋਇਆ ਜੀ। ਯਾਨੀ ਕਿ ਆਪਾਂ ਮੋਟਾ ਮੋਟਾ حساب ਲਾਉਣੇ ਆ ਜੀ ਇਸ ਤੋਂ ਜ਼ਿਆਦਾ ਵੀ ਹੋ ਸਕਦਾ ਜੀ। ਯਾਨੀ ਕਿ 100 ਕਿ ਕਿੱਲੇ ਦੇ ਕਰੀਬ ਸਾਡਾ ਨੁਕਸਾਨ ਹੋ ਚੁੱਕਿਆ ਪਿੰਡ ਦਾ ਜੀ ਖੰਬੇ ਵਗੈਰਾ ਵੀ ਗਰੇ ਆ ਪਿੰਡ ਦੇ ਖੰਬੇ ਵਗੈਰਾ ਜੀ ਸਾਡੇ 70 75 ਪੋਲ ਅਸੀਂ ਆਪਦੇ ਸਾਡੇ ਜਿਹੜੇ ਸਾਡੀ ਗਿਣਤੀ ਦੇ ਵਿੱਚ ਆ ਜੀ 70 75 ਪੋਲ ਸਾਡੀ ਗਿਣਤੀ ਦੇ ਵਿੱਚ ਆਏ ਆ ਜਿਹੜੇ ਡਿੱਗੇ ਹੋਏ ਆ ਜੀ ਤੇ ਬਿਜਲੀ ਬੰਦ ਹੈ ਇੱਥੋਂ ਦੀ ਪਿੰਡ ਦੀ ਸਾਡੀ ਬਿਜਲੀ ਨੂੰ ਜੀ 3 ਦਿਨ ਹੋ ਗਈ 4 ਦਿਨ ਪਿੰਡ ਦੀ ਬਿਜਲੀ ਬੰਦ ਹੈ ਜੀ ਨਾ ਖੇਤਾਂ ਵਾਲੀ ਲਾਈਟ ਆਈ ਹੈ ਜੀ ਘਰਾਂ ਵਾਲੀ ਵੀ ਹਜੇ ਨਹੀਂ ਆਈ ਜੀ ਦੇ ਸਰਕਾਰ ਜਿਵੇਂ ਲਗਾਤਾਰ ਕਹਿ ਰਹੀ ਹੈ ਜੀ ਹੈ ਕਿ ਫਸਲਾਂ ਦੀ ਜਿਹੜੀ ਵਿਭਿੰਨਤਾ ਰੱਖੋ ਤੁਸੀਂ ਵਿਭਿੰਨਤਾ ਨੂੰ ਕਾਇਮ ਕਰਦੇ ਹੋਏ ਐਤਕੀ ਜਿਹੜੀ ਮੂੰਗੀ ਤੇ ਮੱਕੀ ਦੀ ਬੀਜੀ ਜਾਂ ਪਹਿਲਾਂ ਹੀ ਬੀਜਦੇ ਸੀਗੇ ਜੀ ਅਸੀਂ ਸਰਕਾਰ ਦੇ ਨਾਲ ਸਹਿਮਤ ਆ ਅਸੀਂ ਐਸੇ ਕਰਕੇ ਜੀ ਹੁਣ ਫਸਲਾਂ ਨੂੰ ਬਦਲਿਆ ਸੀਗਾ ਅਸੀਂ ਦੌਰ ਚੇਂਜ ਕੀਤਾ ਸੀਗਾ ਜੀ ਹੁਣ ਅਸੀਂ ਮੱਕੀ ਦੀ ਕੀਤੀ ਸੀਗੀ ਜੀ ਮੂੰਗੀ ਦੀ ਕੀਤੀ ਹੈ ਜੀ ਸਬਜ਼ੀਆਂ ਵੀ ਕੀਤੀਆਂ ਜੀ ਆਪਾਂ ਅਸੀਂ ਝੋਨੇ ਤੇ ਕਣਕ ਤੋਂ ਅਲੱਗ ਹੋ ਕੇ ਚੀਜ਼ਾਂ ਕੀਤੀਆਂ ਪਰ ਸਾਨੂੰ ਹੁਣ ਆਹ ਮਾਰ ਪੈ ਗਈ ਅਸੀਂ ਦੱਸੋ ਕਿਵੇਂ ਉਠਾਂਗੇ ਜੀ ਏ ਬਾਈ ਜੀ ਆਪਣੀ ਮੱਕੀ ਦੀ ਫਸਲ ਸੀ ਜੀ 8 ਕਿੱਲੇ ਆਪਣਾ ਹੀ ਵਾਣ ਹੈ ਇਹ 8 ਥੇ ਕਿੱਲੇ ਵਾਣ ਆਪਣਾ ਹੈ ਠੇਕੀ ਤੇ ਆ 55000 ਰੁਪਏ ਆਪਣਾ ਠੇਕਾ ਭਰਿਆ ਜੀ ਵਾਣ ਦਾ ਇਹ ਅਸੀਂ ਮਤਲਬ ਸਰਕਾਰ ਵੀ ਸਾਨੂੰ ਹਦਾਇਤਾਂ ਦਿੰਦੀ ਸੀ ਵੀ ਤੁਸੀਂ ਫਸਲੀ ਚੱਕਰ ਨੂੰ ਤਬਦੀਲੀ ਕਰੋ ਅਸੀਂ ਉਹ ਤਬਦੀਲੀ ਨੂੰ ਸਮਝਦੇ ਆ ਵੀ ਅਸੀਂ ਵੀ ਸੋਚਿਆ ਚਲੋ ਵੀ ਤਬਦੀਲੀ ਕਰੀਏ ਫਸਲ ਦੀ ਅਸੀਂ ਇਹ ਪਹਿਲੀ ਵਾਰੀ ਮੱਕੀ ਵੀਜੀ ਜੀ ਜਿਹਦੇ ਉੱਤੇ ਸਾਡਾ ਇੱਕ ਕਿੱਲੇ ਤੇ 21 22000 ਰੁਪਏ ਖਰਚਾ ਹੁਣ ਤੱਕ ਹੀ ਤੇ ਆ ਚੁੱਕਿਆ ਸੀਗਾ ਅਠਾ ਕਿੱਲਿਆਂ ਤੇ ਅਸੀਂ 2 ਲੱਖ ਦੇ ਤਕਰੀਬੇ ਤੇ ਖਾਤਾ ਖਰਚਾ ਕਰ ਚੁੱਕੇ ਆ ਇਹਦੇ ਵਿੱਚ ਉਹੜੀ ਪਰਸੋਂ ਗੜਿਆਂ ਦੀ ਮਾਰ ਹੋਈ ਆ ਉਹਨੇ ਜਮਾਂ ਹੀ ਤਬਾਹ ਕਰਤੀ ਆ ਕੁਝ ਨਹੀਂ ਛੱਡਿਆ ਮੇਰੇ ਮੇਰੇ ਜੱਡੀ ਮੱਕੀ ਸੀਗੀ ਸਾਡਾ ਖੇਤ ਉਹਨੂੰ ਮਾਨ ਨਹੀਂ ਕਰਦਾ ਜਮਾਂ ਹੀ ਟੁੱਟੇ ਪਏ ਅਸੀਂ ਜਮਾਂ ਹੀ ਅਸੀਂ ਅਸੀਂ ਸਰਕਾਰ ਨੂੰ ਕਹਿੰਨੇ ਕੋਈ ਸਾਡਾ ਵੀ ਕੋਈ ਹੱਲ ਕੱਢੇ ਕੋਈ ਸਾਨੂੰ ਇਹਦਾ ਕੁਝ ਨਾ ਕੁਝ ਤਾਂ ਸਾਨੂੰ ਪਰਭਾਈ ਕਰੇ ਸਾਡੀ ਫਸਲ ਦੀ ਅਸੀਂ ਹੁਣ ਕਿੱਥੇ ਜਾਈਏ ਜੀ ਅਸੀਂ ਤਾਂ ਜਮਾਂ ਮਰੇ ਪਏ ਆ ਨਾ ਸਾਡਾ ਖੇਤ ਉਹਨੂੰ ਜੀ ਕਰਦਾ ਘਰੇ ਬੈਠੇ ਆ ਬਸ ਕੋਈ ਗਾਂ ਫਸਲ ਨੂੰ ਹੱਥ ਪਾਉਣ ਨੂੰ ਨਹੀਂ ਸਾਡਾ ਜੀ ਕਰਦਾ ਪਿਆ ਵੀ ਅੱਗੇ ਅਸੀਂ ਫਸਲ ਨੂੰ ਕੀ ਹੱਥ ਪਾਈਏ ਹੜ ਦਾ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ 55000 ਰੁਪਏ ਠੇਕਾ ਭਰਨਾ ਠੇਕੇ ਵਾਲਾ ਵੀ ਸਾਨੂੰ ਕੋਈ 1000 ਰੁਪਏ ਵੀ ਨਹੀਂ ਛੱਡਦਾ ਪਿਆ ਵੀ ਕੋਈ ਸਾਨੂੰ ਕੋਈ ਵਿੱਚੋਂ ਹੀ ਕੋਈ 5000 ਰੁਪਏ ਹੀ ਛੱਡੇ ਉਹ ਵੀ ਆਪਦੇ ਪੂਰੇ ਪੈਸੇ ਮੰਗਦਾ ਪਿਆ ਵੀ ਮੈਂ ਪੂਰੇ ਪੈਸੇ ਲੈਣੇ ਆ ਉਹਨੂੰ ਅਸੀਂ ਕਿਸ਼ਤ ਦੇ ਚੁੱਕੇ ਆ ਉਹਦੀ ਕਿਸ਼ਤ ਵੀ ਅਸੀਂ ਦੇ ਚੁੱਕੇ ਆ ਠੇਕੇ ਦੀ ਵੀ ਹੁਣ ਜਿਹੜੀ ਫਸਲ ਆ ਸਾਡੀ ਇਹ ਸਾਰੀ ਤਬਾਹ ਹੋ ਚੁੱਕੀ ਆ ਇਹ ਫਸਲ ਦਾ ਕੋਈ ਨਾ ਅਸੀਂ ਕੋਈ ਦੀ ਪਨੀਰੀ ਰਲਾਈ ਆ ਪਨੀਰੀ ਪਨੀਰੀ ਦਾ ਸਾਰਾ ਟਾਈਮ ਲੰਘ ਚੁੱਕਿਆ ਹੁਣ ਅਸੀਂ ਪਨੀਰੀ ਪੰਜ ਦਿਨ ਸਾਡਾ ਵਾਹ ਨਹੀਂ ਵੱਤ ਆਉਣਾ ਹਜੇ ਫੇਰ ਅਸੀਂ ਪਨੀਰੀ ਲਾਵਾਂਗੇ ਪਨੀਰੀਆਂ ਦੇ 20 20 ਮੀਂਹ ਦੇ ਕਾਰਨ ਮਹਿੰਗੇ ਹੋ ਚੁੱਕੇ ਆ ਸਾਰਾ ਖਰਚਾ ਜਾਨੀ ਕਿ ਜ਼ਿਮੀਦਾਰ ਨਹੀਂ ਪਈ ਜਾਂਦਾ ਤੇ ਜ਼ਿਮੀਦਾਰ ਹੁਣ ਦੱਸੋ ਕਿੱਧਰ ਨੂੰ ਜਾਵੇ ਅਸੀਂ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਵੀ ਸਾਨੂੰ ਸਾਡਾ ਜਾਨੀ ਮਾਨੀ ਨੁਕਸਾਨ ਦਾ ਸਰਕਾਰ ਕੋਈ ਸਾਨੂੰ ਦਵੇ ਕੁਛ ਨਾ ਕੁਛ ਤਾਂ ਸਾਨੂੰ ਦਵੇ ਅਸੀਂ ਸਰਕਾਰ ਨੂੰ ਇੱਕ ਬੇਨਤੀ ਕਰਦੇ ਹੱਥ ਜੋੜ ਕੇ ਵੀ ਸਾਨੂੰ ਸਰਕਾਰ ਨੂੰ ਕੋਈ ਦੇਣਾ ਚਾਹੀਦਾ ਸਾਡੇ ਹੱਥੇ ਕੋਈ ਸਹੂਲਤ ਕੋਈ ਪਟਵਾਰੀ ਵਗੈਰਾ ਨੂੰ ਗਰਦੋਰੀ ਆਤੇ ਲਿਖ ਕੇ ਦਿੱਤਾ ਕੁਝ ਕਿਹਾ ਜਰੇ ਅਸੀਂ ਅੱਜ ਜੀ ਡੀਸੀ ਦਫਤਰ ਲਿਖ ਕੇ ਦਿੱਤਾ ਗਰਦੋਰੀ ਆਤੇ ਕਿਹਾ ਵੀ ਸਾਡੇ ਵੀ ਨੁਕਸਾਨ ਹੋਇਆ ਮੰਗ ਪੱਤਰ ਅਸੀਂ ਦਿਆਏ ਆ ਹੁਣ ਅਸੀਂ ਤੁਹਾਡੇ ਜਿਹੀ ਇਹੀ ਕਹਿੰਨੇ ਵੀ ਸਾਡੀਆਂ ਗਰਦੋਰੀਆਂ ਹੋਣ ਗਰਦੋਰੀ ਹੋ ਕੇ ਸਾਡਾ ਜਲਦੀ ਤੋਂ ਜਲਦੀ ਕੋਈ 2-4 ਦਿਨਾਂ ਦੇ ਵਿਆਜ ਵਾਈ ਸਾਡੀ ਗਰਦੋਰੀ ਹੋਵੇ ਉਸ ਤੋਂ ਬਾਅਦ ਜੋ ਸਾਡਾ ਬਣਦਾ ਸਾਡਾ ਉਹ ਸਾਨੂੰ ਹੱਕ ਦਿੱਤਾ ਜਾਵੇ ਇੰਨਾ ਕੁ ਸਹੀ ਸਰਕਾਰ ਤੋਂ ਹੀ ਹੱਥ ਬੰਨ ਕੇ ਬੇਨਤੀ ਕਰਦੇ ਆਂ ਆਪਣੇ ਜੀ 35 40 ਕਿੱਲੇ ਆ ਪੰਡ ਜੀ ਉਹਨਾਂ ਨੂੰ ਨੁਕਸਾਨ ਹੋਇਆ ਇਹਨਾਂ ਦਾ ਵੀ ਮੱਕੀ, ਮੂੰਗੀ, ਸਬਜ਼ੀਆਂ, ਜੋ ਵੀ ਪੱਠਾ ਹਰਾਚਾਰਾ ਪਸ਼ੂਆਂ ਦਾ ਤੇ ਖਾਸ ਕਰਕੇ ਪਨੀਰੀ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵੀ ਜਿਹੜੇ ਦਿਨ ਵੀ ਥੋੜੇ ਰਹਿ ਗਏ ਝੋਨੇ ਜਲਾਉਣ ਫੇਰ ਵੀ ਇਸੇ ਕਰਕੇ ਤੇ ਸਬਜ਼ੀਆਂ ਦਾ ਵੀ ਬਹੁਤ ਨੁਕਸਾਨ ਹੋਇਆ ਕਿੱਡੀ ਗੜੇ ਮਰੀ ਹੋਈ ਬਹੁਤ ਜ਼ਿਆਦਾ ਹੋਈ ਹੈ ਜੀ ਹੁਣ ਕੀ ਮੰਗ ਕਰਦੇ ਆਂ ਮੰਗ ਸਰਕਾਰ ਕੋਲੋਂ ਇਹ ਹੀ ਕਰਦੇ ਵੀ ਸਾਡੀ ਗਿਰਦਾਰੀ ਕਰਾਈ ਜਾਵੇ ਬੰਦਾ ਸਾਡੇ ਤੋਂ ਮਾਇਆ ਸਾਨੂੰ ਸਰਕਾਰ ਦੇਵੇ ਵੀ ਜੋ ਵੀ ਸਾਡਾ ਨੁਕਸਾਨ ਹੋਇਆ ਉਹਦੀ ਪ੍ਰਵਾਇਦ ਕਰੇ ਗੜਿਆਂ ਦੇ ਨਾਲ ਵੀ ਮੌਸਮੀ ਜਿਹੜੇ ਵਿੱਚ ਗੜੇ ਪਏ ਹਨ ਉਹਨੇ ਭਾਰੀ ਨੁਕਸਾਨ ਕੀਤਾ ਖਾਸ ਕਰਕੇ ਸਾਡੀ ਮੱਕੀ ਮੂੰਗੀ ਪਦੀਨਾ ਸਬਜ਼ੀਆਂ ਤੇ ਖਾਸ ਝੋਨੇ ਦੀ ਪਨੀਰੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਇਸ ਕਰਕੇ ਇਹਦੇ ਨਾਲ ਨਾਲ ਹੀ ਚੱਲਦੇ ਆ ਜਿਹੜੇ ਝੱਖੜ ਦੇ ਨਾਲ ਹੈ ਬਿਜਲੀ ਸਪਲਾਈ ਜਿਹੜੀ ਇਸ ਤਰ੍ਹਾਂ ਦੀ ਖਰਾਬ ਹੋਈ ਹੈ ਕਿਤੇ ਖੰਭੇ ਟੁੱਟੇ ਆ ਕਿਤੇ ਤਾਰਾਂ ਟੁੱਟੀਆਂ ਕੁਝ ਪਹਿਲਾਂ ਪ੍ਰਬੰਧਿਤ ਨਕਸ਼ਾ ਇਸ ਕਰਕੇ ਅਸੀਂ ਮੌਕੇ ਦੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜਾ ਖਾਸ ਕਰਕੇ ਬਹੁਤੇ ਪਿੰਡਾਂ 'ਚ ਜਿੱਥੇ ਨਗਜ਼ਾਦੀ ਨੁਕਸਾਨ ਹੋਇਆ ਉਹਨਾਂ ਦੀ ਗਰਦਾਵਰੀ ਕਰਵਾ ਕੇ ਤੇ ਉਹਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਬਾਰਡਰਾਂ ਤੇ ਬੈਠਾ ਆਪਣੀ ਲੜਾਈ ਲੜ ਰਿਹਾ ਤੇ ਨਾ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਪ੍ਰੰਤੂ ਸਾਡੇ ਜਿਹੜੇ ਮਗਰ ਆ ਅੱਜ ਇਹ ਜਿਹੜਾ ਸੁਣਨਾ ਅਸੀਂ ਇਹਦੇ ਨਾਲ ਬੇ ਹੌਸਲੇ ਨਾ ਹੋਈਏ ਪੰਜਾਬ ਸਰਕਾਰ ਨੂੰ ਉਚੇਚੇ ਤੌਰ ਤੇ ਅਪੀਲ ਕੀਤੀ ਜਾਂਦੀ ਹੈ ਕਿ ਆਪਦੇ ਕਿਸਾਨਾਂ ਦੀ ਬਾਹ ਫੜ ਲਓ ਅਸੀਂ ਜੀ ਪਿਛਲੇ ਦਿਨੀ ਜਿਹੜੀ ਬੇਮੌਸਮੀ ਬਾਰਿਸ਼ ਹੋਈ ਹੈ ਗੜੇਮਾਰੀ ਦੇ ਨਾਲ ਫਸਲਾਂ ਦਾ ਨੁਕਸਾਨ ਹੋਇਆ ਜਿਦੇ ਵਿੱਚ ਮੂੰਗੀ, ਮੱਕੀ, ਪੁਦੀਨਾ ਔਰ ਸਬਜ਼ੀਆਂ ਵਗੈਰਾ ਆ ਗਈਆਂ। ਖਾਸ ਕਰਕੇ ਝੋਨੇ ਦੀਆਂ ਪਨੀਰੀਆਂ ਜਿਹੜੀਆਂ ਬਿਲਕੁਲ ਤਬਾਹ ਹੋ ਚੁੱਕੀਆਂ। ਤੇ ਜਦੋਂ ਕਿ ਝੋਨੇ ਦੀ ਲਵਾਈ ਦੇ ਸਿਰਫ 10 ਦਿਨ ਬਾਕੀ ਹੈ। ਔਰ ਇਹਦੇ ਨਾਲ ਬਹੁਤ ਵੱਡਾ ਜਿਹੜਾ ਹੈਗਾ ਸਾਡਾ ਬਿਜਲੀ ਬੋਰਡ ਦਾ ਨੁਕਸਾਨ ਹੋਇਆ ਜਿਦੇ ਕਰਕੇ ਹੁਣ ਸਾਡੀ ਸਪਲਾਈ ਸ਼ਹਿਰੀ ਵੀ ਤੇ ਦੂਸਰੀ ਵੀ ਪ੍ਰਭਾਵਿਤ ਹੋਈ ਹੈ। ਉਹਦੇ ਵਾਸਤੇ ਸਾਨੂੰ ਵੱਤੋ ਵੱਤ ਕਰਮਚਾਰੀ ਮੁਹਈਆ ਕਰਵਾਏ ਜਾਣ ਤੇ ਸਪਲਾਈ ਨਿਰਵਿਘਨ ਚਲਾਈ ਜਾਵੇ ਔਰ ਬਣਦੇ ਸਾਡਾ ਜਿਹੜਾ ਹੈਗਾ ਇਹਨਾਂ ਦਾ ਫਸਲਾਂ ਦਾ ਮੁਆਵਜਾ ਉਹ ਕਿਸਾਨਾਂ ਨੂੰ ਗਰਦਾਬਰੀ ਕਰਾ ਕੇ ਤੁਰੰਤ ਦਿੱਤਾ ਜਾਣਾ ਚਾਹੀਦਾ ਔਰ ਰਹੀ ਗੱਲ ਅਗਲੀ ਜਿਹੜੀ ਫਸਲ ਦੀ ਹੈ ਜਿਸ ਤਰ੍ਹਾਂ ਸਾਡੀ ਝੋਨੇ ਦੀ ਫਸਲ ਆ ਰਹੀ ਹੈ ਉਹਦਾ ਜਿਹੜੀ ਪੇਮੈਂਟ ਹੈਗੀ ਹੈ ਉਹ ਜਮ੍ਹਾਂਬੰਦੀਆਂ ਦੀ ਬਜਾਏ ਕਾਸ਼ਤਕਾਰਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਔਰ ਕਾਸ਼ਤਕਾਰ ਦਾ ਤੇ ਜਿਹੜਾ ਹੈਗਾ ਆੜਤੀ ਦਾ ਸਬੰਧ ਹੈ ਉਹ ਵਧੀਆ ਬਣਿਆ ਰਹੇ ਉਹਦੇ ਵਾਸਤੇ ਕਾਸ਼ਤਕਾਰਾਂ ਦਾ ਇਹਨਾਂ ਨੂੰ ਬਿਊਰਾ ਸਰਕਾਰ ਨੂੰ ਲੈਣਾ ਚਾਹੀਦਾ ਨਾ ਕਿ ਮਲਕੀਅਤ ਮਲਕੀਅਤ ਤੋਂ ਹਟ ਕੇ ਇਹ ਕਾਸਟਕਾਰ ਦਾ ਬਿਉਰਾ ਲੈਣ ਜਿਹਦੇ ਨਾਲ ਸਾਡੇ ਜਿਹੜੇ ਆਉਣ ਵਾਲੇ ਸਬੰਧ ਆੜਤੀਏ ਦੇ ਤੇ ਕਿਸਾਨ ਦੇ ਉਹ ਵਧੀਆ ਰਹਿਣਗੇ